ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਨ ਪ੍ਰਭ ਜਤ ਸੋ ਸ਼ੋਭਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਲਈ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਓਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬੜ ਭਾਗੇ ਨਾਮ ਜਪਤ ਪਾਵੇ ਬਿਸ਼ਰਾਮ ਨਾਨਕ ਤਿਨ ਪੁਰਖ ਕੋ ਊਤਮ ਕਰਮਾਨ ਨਾਮ ਜਪਤ ਪਾਵੇ ਬਿਸ਼ਰਾਮ ਨਾਨਕ ਤਿਨ ਪੁਰਖ ਕੋ ਊਤਮ ਕਰਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਦਸ਼ਮੇਸ਼ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਉਹ ਊਟ ਆਸਰਾ ਰੱਖੀਏ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਤਸ਼ਾਹੀ ਜੀ ਦੇ ਪਾਵਨ ਚਰਨਾਂ ਦੇ ਵਿੱਚ ਆਪਣਾ ਸੀਸ ਨਵਾਈਏ ਸਤਕਾਰ ਨਾਲ ਪ੍ਰੇਮ ਨਾਲ ਗੁਰੂ ਦੇ ਪਿਆਰ ਵਿੱਚ ਭਜਦੇ ਆਂ ਗੁਰੂ ਪਤੀ ਨਾਲ ਸਾਂਝ ਪਾਈਏ ਜੀ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸੁਖਮਨੀ ਸਾਹਿਬ ਵਰਗੀ ਬਹੁਤ ਹੀ ਮਹਾਨ ਅਤੇ ਪਿਆਰੀ ਰਚਨਾ ਜਿਹਦੇ ਨਾਲ ਅਸੀਂ ਆਪਣਾ ਚਿੱਤ ਜੋੜ ਰਹੇ ਆਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ 14ਵੀਂ ਅਸ਼ਟਪਦੀ ਚੱਲ ਰਹੀ ਹੈ ਜਿੱਦੀ ਆਪ ਜੀ ਨੇ 7ਵੀਂ ਪੌੜੀ ਦਾ ਜਾਪ ਸਰਵਨ ਕੀਤਾ ਹੈ। ਤੰਤਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਇਹ ਪਿਆਰੀ ਪਾਣ ਬਾਣੀ ਆਪਣੇ ਅੰਦਰ ਮੈਂ ਇਸ ਤਰ੍ਹਾਂ ਕਹਿ ਸਕਾਂਗਾ ਕਿ ਇੱਕ ਬ੍ਰਹਿਮੰਡ ਦੇ ਰੂਪ ਦੇ ਵਿੱਚ ਹੈ ਔਰ ਆਪਣੇ ਅੰਦਰ ਬਹੁਤ ਕੁਝ ਛੁਪਾ ਕੇ ਬੈਠੀ ਹੈ। ਜਿੱਥੇ ਅਸੀਂ ਰੋਜ਼ਾਨਾ ਇਸ ਪਾਣ ਬਾਣੀ ਨੂੰ ਪੜਦੇ ਆਂ ਉਥੇ ਨਾਲ ਦੀ ਨਾਲ ਜਦੋਂ ਅਸੀਂ ਇਸ ਪਾਵਨ ਬਾਣੀ ਦੀ ਵਿਚਾਰ ਵੀ ਕਰਨੀ ਸ਼ੁਰੂ ਕਰਾਂਗੇ ਤਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਲੀ ਗੱਲ ਹੋਏਗੀ ਜਿਵੇਂ ਸਿਆਣੇ ਕਹਿੰਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ ਵੀ ਸਾਡਾ ਜਿਹੜਾ ਲੈਵਲ ਹੈ ਅੱਪ ਹੋਏਗਾ ਸਾਨੂੰ ਸਮਝ ਲੱਗਣੀ ਸ਼ੁਰੂ ਹੋ ਜਾਏਗੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਾਵਨ ਬਾਣੀ ਦੇ ਵਿੱਚ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਸਮਝਾਉਣਾ ਚਾਹੁੰਦੇ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਇਸ ਪਾਵਨ ਪੌੜੀ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਮਹਾਰਾਜ ਪਹਿਲੀ ਜਿਹੜੀ ਪੰਕਤੀ ਵਰਦੇ ਨੇ ਕਹਿੰਦੇ ਨੇ ਜਿਨ ਪ੍ਰਭ ਜਾਤਾ ਧਿਆਨ ਨਾਲ ਸੁਣਿਓ ਜਿਨ ਪ੍ਰਭ ਜਾਤਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਛਾਣ ਲਿਆ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਾਣ ਲਿਆ ਸੋ ਉਹ ਇਨਸਾਨ ਸ਼ੋਭਾਵੰਤ ਉਹ ਇਨਸਾਨ ਵਡਿਆਈ ਵਾਲੇ ਹੋ ਜਾਂਦੇ ਨੇ ਸ਼ੋਭਾ ਵਾਲੇ ਹੋ ਜਾਂਦੇ ਨੇ ਉਹਨਾਂ ਇਨਸਾਨਾਂ ਦੀ ਸਿਫਤ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਜਾਣ ਲਿਆ ਹੁਣ ਦੇਖੋ ਕਿਸੇ ਵੀ ਇਨਸਾਨ ਨੂੰ ਜਾਣਨਾ ਹੋਵੇ ਪਹਿਚਾਨਣਾ ਹੋਵੇ ਤਾਂ ਉਹਦੇ ਲਈ ਸਮੇਂ ਦੀ ਲੋੜ ਹੁੰਦੀ ਹੈ ਗੁਰਬਾਣੀ ਦਾ ਇੱਕ ਬਚਨ ਹੈ ਜਿਨ ਹਰ ਜਾਣਿਆ ਤਿਨੈ ਪਛਾਨਿਆ ਜਿਨੇ ਜਾਣਿਆ ਉਹਨੇ ਪਛਾਨਿਆ ਜਿਹਨੂੰ ਆਪਾਂ ਜਾਣਦੇ ਨਾ ਹੋਈਏ ਉਹਦੀ ਪਛਾਣ ਓਕੀ ਹੋ ਜਾਂਦੀ ਗੱਲ ਸਮਝਣ ਵਾਲੀ ਹੈ ਥੋੜੀ ਸਮਝਿਓ ਤਿਆਂ ਨਾਲ ਜਿਹਨੂੰ ਜਾਣਿਆ ਨਾ ਹੋਵੇ ਉਹਨੂੰ ਪਛਾਣਾਂਗੇ ਆਪਾਂ ਕਿਦਾਂ ਕਈ ਵਾਰ ਨੂੰ ਸਾਨੂੰ ਜ਼ਿੰਦਗੀ ਦੇ ਵਿੱਚ ਐਸਾ ਹੁੰਦਾ ਹੈ ਅਸੀਂ ਕਿਸੇ ਇਨਸਾਨ ਬਾਰੇ ਸੁਣਿਆ ਹੋਵੇ ਉਹਦੀ ਵਡਿਆਈ ਉਹਦੀ ਸ਼ੋਭਾ ਉਹਦੇ ਗੁਣਾ ਬਾਰੇ ਉਹਦੀ ਸ਼ਖਸੀਅਤ ਬਾਰੇ ਉਹਦੀ ਕਾਬਲੀ ਕਾਬਲੀਅਤ ਬਾਰੇ ਜਾਣਿਆ ਹੋਵੇ ਸਾਨੂੰ ਪਤਾ ਹੋਵੇ ਤਾਂ ਫਿਰ ਸਾਡੇ ਮਨ ਵਿੱਚ ਇੱਕ ਖਾਸ਼ ਹੁੰਦੀ ਹੈ ਤਮੰਨਾ ਹੁੰਦੀ ਆਪਾਂ ਨੂੰ ਮਿਲੀਏ ਜਿਦਾ ਫੋਰ ਐਗਜ਼ਾਮਪਲ ਹੈ ਕਿ ਕੋਈ ਸਾਨੂੰ ਦੱਸ ਦਵੇ ਵੀ ਅਮਰੀਕਾ ਦੇ ਫੁਲਾਨੀ ਸਟੇਟ ਦੇ ਵਿੱਚ ਬਹੁਤ ਵਧੀਆ ਵਿਚਾਂ ਨੇ ਬੜਾ ਵਧੀਆ ਵੈਦਰ ਹੈ ਬਹੁਤ ਵਧੀਆ ਉੱਥੇ ਪਹਾੜ ਨੇ ਗ੍ਰੀਨਰੀ ਹੈ ਬੜਾ ਸੁਹਾਵਣਾ ਜਿਹਾ ਇਲਾਕਾ ਹੈ ਵੀ ਉੱਥੇ ਜਾ ਕੇ ਬੜਾ ਆਨੰਦ ਆਉਂਦਾ ਫਿਰ ਕੀ ਹੁੰਦਾ ਅਸੀਂ ਸੁਣਿਆ ਹੁੰਦਾ ਉਹਦੇ ਤੋਂ ਬਾਅਦ ਨਾ ਸਾਨੂੰ ਮਨ ਦੇ ਵਿੱਚ ਖਿੱਚ ਪੈਦਾ ਹੋਈ ਰਹਿੰਦੀ ਹੈ ਵੀ ਉੱਥੇ ਜਾਈਏ 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 ਜਾ ਕੇ ਦੇਖੀ ਤੇ ਸੀ ਕਿੱਦਾਂ ਦਾ ਹੈ ਦੇਖੀ ਕਿੱਦਾਂ ਦਾ ਹੈ ਫਿਰ ਆਪਾਂ ਉੱਥੇ ਜਾਣਾ ਚਾਹੁੰਨੇ ਆ ਜਦੋਂ ਆਪਾਂ ਜਾਣਦੇ ਆ ਉਸ ਚੀਜ਼ ਬਾਰੇ ਜੋ ਸਾਨੂੰ ਕਿਸੇ ਨੇ ਐ ਨਕਸ਼ਾ ਖਿੱਚ ਕੇ ਦੱਸਿਆ ਅੰਦਰ ਜੋ ਆਪਾਂ ਜਾਣੇ ਫਿਰ ਉੱਥੇ ਐ ਬਿਲਕੁਲ ਪਛਾਣ ਲੈਨੇ ਆ ਕਮਾਲ ਉਹੀ ਹੈ ਜੀ ਇਦਾਂ ਹੀ ਹੈ ਇਦਾਂ ਸੁਣਿਆ ਸੀ ਪਿਆਰਿਓ ਗੁਰੂ ਦੀ ਸਾਡੇ ਉੱਤੇ ਬੜੀ ਕਿਰਪਾ ਅਸੀਂ ਰੱਬ ਨੂੰ ਨਹੀਂ ਵੇਖਿਆ ਆਪਾਂ ਇਹਨਾਂ ਅੱਖਾਂ ਨਾਲ ਰੱਬ ਨੂੰ ਨਹੀਂ ਵੇਖਿਆ ਪਰ ਗੁਰੂ ਨੇ ਇੱਕ ਵਾਰੀ ਨਾ ਉਹਦੇ ਸਾਰੇ ਗੁਣ ਸਾਡੀਆਂ ਅੱਖਾਂ ਦੇ ਸਾਹਮਣੇ ਰੱਖ ਦਿੱਤੇ ਫਿਰ ਦਿਖਾ ਦਿੱਤਾ ਕਿ ਰੱਬ ਹੁੰਦਾ ਕਿਦਾਂ ਦਾ ਹੈ ਸ਼ਾਕ ਸ਼ਾਤ ਰੂਪ ਦੇ ਵਿੱਚ ਹਰ ਇਨਸਾਨ ਦੇ ਅੰਦਰ ਵਸਦਾ ਹੋਇਆ ਸਾਨੂੰ ਪ੍ਰਤੀਤ ਕਰਵਾ ਦਿੱਤਾ ਕਿ ਮਾਲਕ ਹੁੰਦਾ ਕਿਦਾਂ ਦਾ ਪਰਮਾਤਮਾ ਹੁੰਦਾ ਕਿਦਾਂ ਦਾ ਪਰ ਇਹ ਇਹ ਚਿੱਤ ਰੱਖਿਓ ਜਦੋਂ ਤੱਕ ਅਸੀਂ ਜਾਣਦੇ ਨਹੀਂ ਉਦੋਂ ਤੱਕ ਪਹਿਚਾਨ ਕਰਨੀ ਔਖੀ ਹੈ ਔਰ ਉਦੋਂ ਤੱਕ ਸਮਝਣਾ ਵੀ ਬੜਾ ਔਖਾ ਤੇ ਜਿਹੜੇ ਸਮਝ ਲੈਂਦੇ ਨੇ ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਜਿਵੇਂ ਜਬਜੀਤ ਸਿੰਘ ਜੀ ਆਖਿਆ ਗਿਆ ਨਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਿਹੜੇ ਮੰਨੇ ਜਿਨਨੇ ਵੇਖਿਆ ਨੂੰ ਜਿਨੇ ਉਹਨੂੰ ਪਿਆਰ ਕੀਤਾ ਜਿਨੇ ਉਹਦੇ ਗੁਣਾ ਨਾਲ ਨਾ ਆਪਣੇ ਜੀਵਨ ਨੂੰ ਅੰਦਰੋਂ ਬਾਹਰੋਂ ਭਉ ਲਿਆ ਇਹ ਉਹਦੀ ਗੱਲ ਹੈ ਪਰ ਕਈ ਵਾਰ ਅਸੀਂ ਗਲਤ ਲੋਕਾਂ ਦੇ ਹੱਥ ਟੋਕੇ ਬਣ ਜਾਂਦੇ ਇਹ ਵੀ ਸੱਚ ਹੈ ਗਲਤ ਲੋਕਾਂ ਦੇ ਟਾਹੇ ਚੜ ਜਾਂਦੇ ਆ ਗਲਤ ਲੋਕਾਂ ਦੇ ਪਿੱਛੇ ਲੱਗ ਜਾਂਦੇ ਆ ਜਿਹੜੇ ਸਾਨੂੰ ਗੁਰੂ ਤੋਂ ਤੋੜਦੇ ਐ ਸਿੱਖੀ ਤੋਂ ਤੋੜਦੇ ਐ ਆਪਣੇ ਨਾਲ ਜੋੜਦੇ ਐ ਆਪਾਂ ਉਹਨਾਂ ਦੇ ਵੀ ਪਿੱਛੇ ਲੱਗ ਜਾਂਦੇ ਆਂ ਕਈ ਵਾਰੀ ਹੁਣ ਵੇਖੋ ਪੰਜਾਬ ਦੀ ਧਰਤੀ ਉੱਤੇ ਇਹਨਾਂ ਚੀਜ਼ਾਂ ਦਾ ਕਾਲ ਪਿਆ ਆ ਕਿਹਦਾ ਭਲਾ ਸੱਚ ਦਾ ਔਰ ਉਸ ਪੰਜਾਬ ਦੀ ਧਰਤੀ ਉੱਤੇ ਜਿੱਥੇ ਸੱਚ ਹੀ ਸੱਚ ਹੁੰਦਾ ਸੀ ਅੱਜ ਉੱਥੇ ਕਾਲ ਪੈ ਚੁੱਕਾ ਸੱਚ ਦਾ ਜੇ ਪਾ ਪੌਣ ਬਣ ਚੁੱਕਿਆ ਨਾ ਸਚ ਕਾਲ ਕੂੜ ਵਰਤਿਆ ਕਲ ਕਾਲਕ ਬੇਤਾਲ ਵਿਖਿਆ ਜਾਵੇ ਚਾਰੇ ਪਾਸੇ ਨਾ ਡੇਰੀ 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 ਜਿੱਥੇ ਵੇਖੋ ਇੱਥੇ ਇੱਕ ਗੁਰੂ ਆ ਜੀ ਉੱਥੇ ਉਹ ਗੁਰੂ ਆ ਜੀ ਇੱਥੇ ਢਿੰਗੜਾ ਗੁਰੂ ਉੱਥੇ ਫਲਾਣਾ ਗੁਰੂ ਸਿੱਖਾਂ ਨੇ ਜੁੜਨਾ ਤਾਂ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੇਕਿਨ ਅਸੀਂ ਨਾ ਜਾਣਿਆ ਵੀ ਕਿਸੇ ਹੋਰ ਨੂੰ ਪਛਾਣਿਆ ਵੀ ਕਿਸੇ ਹੋਰ ਨੂੰ ਅੱਜ ਇੱਕ ਬੰਦਾ ਜੁੜਦਾ ਉਹਨਾਂ ਦੇ ਨਾਲ ਉਹ ਪਿੰਡ ਦੇ ਦਸਾਂ ਬੰਦਿਆਂ ਨੂੰ ਜੋੜਦਾ 10 ਫਿਰ ਆਪਣੇ ਨਾਲ 100 ਨੂੰ ਜੋੜਦੇ ਐ ਕਮਾਲ ਦੀ ਗੱਲ ਹੈ ਕਮਲੇ ਆਪਾਂ ਬਣੇ ਫਿਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਪਾਉਣ ਬਾਣੀ ਨਾਲ ਨਾ ਆਪਣੇ ਪਰਿਵਾਰ ਜੋੜ ਪਾਏ ਆ ਨਾ ਹੋਰਨਾਂ ਨੂੰ ਜੋੜ ਪਾਏ ਆ ਅੱਜ ਸਿੱਖ ਹੀ ਸਿੱਖੀ ਤੋਂ ਦੂਰ ਜਾ ਰਿਹਾ ਸਿੱਖਾਂ ਨੂੰ ਸਮਝਾਓ ਸਿੱਖ ਗੱਲ ਪਿੰਦੇ ਜੇ ਕਹਿ ਦਿਓ ਇੱਕ ਵਾਰੀ ਵੀ ਰਾਧਾ ਸਵਾਮੀ ਡੇਰੇ ਦੇ ਪਿੱਛੇ ਨਹੀਂ ਲੱਗਣਾ ਅਸਰਸੇ ਵਾਲਿਆਂ ਤੇ ਨਹੀਂ ਜਾਣਾ ਨਰੰਕਾਰੀਆਂ ਤੇ ਨਹੀਂ ਜਾਣਾ ਨੂਰ ਮੈਲੀਏ ਤੇ ਆਸ਼ੂ ਤੋਸ਼ੀਆਂ ਵਰਗੇ ਤੇ ਨਹੀਂ ਜਾਣਾ ਉਹ ਸੇਖੋ ਕੀ ਸਾਡੇ ਗੱਲ ਪਹਿਜਣਗੇ ਅਸਲ ਜੀ ਪ੍ਰੋਬਲਮ ਕਿੱਥੇ ਖੜੀ ਹੁੰਦੀ ਹੈ ਕਿ ਆਪਾਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਜਾਣਿਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਪਛਾਣਿਆ ਮੈਂ ਇੱਥੇ ਅਜੇ ਰੁਕਾਂਗਾ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜਾਣਿਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਪਛਾਣਿਆ ਅੱਜ ਕੋਈ ਨਾ ਬਾਹਰੋਂ ਆ ਕੇ ਸਾਨੂੰ ਕਹਿ ਦਵੇ ਕਿ ਗੁਰੂ ਨਾਨਕ ਸਾਹਿਬ ਕੌਣ ਨੇ ਦੱਸੋ ਸਾਨੂੰ ਐਕਸਪਲੇਨ ਕਰਨ ਔਖਾ ਹੋ ਜਾਣਾ ਸਾਨੂੰ ਦੱਸਣਾ ਔਖਾ ਹੋ ਜਾਣਾ ਸਿੱਖ ਕੌਣ ਹੁੰਦਾ ਸਾਨੂੰ ਦੱਸਣਾ ਔਖਾ ਹੋ ਜਾਣਾ ਵੀ ਸਿੱਖ ਕੌਣ ਹੁੰਦਾ ਵੀ ਸਿੱਖ ਕੌਣ ਹੁੰਦੇ ਲੰਗਰ ਲਗਾਉਂਦੇ ਐ ਸ਼ਬੀਲਾਂ ਲਗਾਉਂਦੇ ਐ ਲੋਕਾਂ ਦੀ ਸੇਵਾ ਕਰਦੇ ਐ ਇਹ ਸਿੱਖ ਹੈ ਇਹ ਇੱਕ 파ਟ ਹੈ ਸਾਨੂੰ ਕੋਈ ਅੱਜ ਪੁੱਛਣ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਸਿਧਾਂਤ ਕੀ ਹੈ ਸਾਨੂੰ ਚੋਣਵੀਆਂ ਗੱਲਾਂ ਦਾ ਵੀ ਨਹੀਂ ਪਤਾ ਦੱਸਣੀ ਔਖੀਆਂ ਹੋ ਜਾਣੀਆਂ ਕਿਉਂਕਿ ਆਪਾਂ ਕੋਈ ਜਾਣ ਪਛਾਣ ਰੱਖੀ ਨਹੀਂ ਆਪਣੇ ਗੁਰੂ ਦੇ ਨਾਲ ਆਪਾਂ ਧੁਰ ਅੰਦਰ ਤੋਂ ਜੁੜੇ ਨਹੀਂ ਆਪਾਂ ਟੁੱਟੇ ਹੋਏ ਆ ਇੱਕ ਸਾਈਡ ਤੇ ਸੋ ਆਪਾਂ ਅਸਈ ਮਨ ਵਿੱਚ ਸੰਬੰਧ ਰੱਖਿਆ ਹੀ ਨਹੀਂ ਗੁਰੂ ਨਾਲ ਤੇ ਜੇ ਆਪਾਂ ਅੱਜ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਸਾਡੀ ਗੱਲ ਪਹਿ ਜਾਂਦੇ ਵੀ ਦੱਸਦੇ ਵੀ ਤੁਸੀਂ ਕਿਉਂ ਜਿਵੇਂ ਗੁਰੂ ਅਰਜਨ ਸਾਹਿਬ ਨੇ ਕਿਹਾ ਨਾ ਜਿਸ ਇਨਸਾਨ ਨੇ ਪ੍ਰਮਾਤਮਾ ਨੂੰ ਜਾਣਿਆ ਉਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਮੈਂ ਇਹ ਗੱਲ ਕਵਾਂਗਾ ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਾਣ ਲਿਆਣਾ ਉਸ ਬੰਦੇ ਵਰਗਾ ਬੰਦਾ ਹੀ ਦੁਨੀਆ ਵਿੱਚ ਹੋਰ ਕੋਈ ਨਹੀਂ ਜਿਨੇ ਜਾਣ ਲਿਆ ਪਰ ਜਿਹੜੇ ਕਮਲੀ ਬਣੇ ਰਹੇ ਪੂਰੀ ਜ਼ਿੰਦਗੀ ਉਹਨਾਂ ਦੀ ਦੱਸੋ ਕੀ ਗੱਲ ਕਰੀਏ ਪੂਰੀਆਂ ਜ਼ਿੰਦਗੀਆਂ ਹੀ ਆਪਾਂ ਕੱਢ ਦਿੰਨੇ ਆ ਸਗਲ ਸੰਸਾਰ ਉਦਰੇ ਤਿੰਨ ਮੰਤ ਉਸ ਇਨਸਾਨ ਦੇ ਉੱਤੇ ਐਨੀ ਕੋਈ ਕਿਰਪਾ ਹੋ ਜਾਂਦੀ ਆ ਮਾਲਕ ਦੀ ਕਿ ਉਹਦੇ ਬਚਨਾਂ 'ਚ ਪਾਵਰ ਆ ਜਾਂਦੀ ਸ਼ਕਤੀ ਆ ਜਾਂਦੀ ਤਾਕਤ ਆ ਜਾਂਦੀ ਭਾਵ ਕਿ ਉਹ ਆਪ ਉੱਚੇ ਜੀਵਨ ਵਾਲਾ ਹੋ ਜਾਂਦਾ ਤੇ ਉਹ ਜਿੱਥੇ ਜਾਂਦਾ ਉਤੇ ਚੰਗੀਆਂ ਗੱਲਾਂ ਦੱਸਦਾ ਚੰਗੇ ਪਾਸੇ ਲੋਕਾਂ ਨੂੰ ਲਾਉਂਦਾ ਔਰ ਉਹਨਾਂ ਦੇ ਉਪਦੇਸ਼ ਨਾਲ ਮੰਤ ਭਾਉ ਉਪਦੇਸ਼ ਉਹਨਾਂ ਦੇ ਮੰਤ ਨਾਲ ਦੁਨੀਆ ਦਾ ਵੀ ਭਲਾ ਹੁੰਦਾ ਹੁਣ ਜਿਹੜਾ ਆਪ ਸੁਧਰਿਆ ਉਹ ਤਾਂ ਸੁਧਾਰੇ ਗਈ ਤੇ ਜਿਹੜਾ ਆਪ ਗੰਦਾ ਹੈ ਉਹ ਦੁਨੀਆ ਨੂੰ ਲਬੇੜੇ ਗਈ ਜਿਵੇਂ ਇੱਕ ਲਿਬੜੀ ਹੋਈ ਮੱਝ ਪੂਰੇ ਪਿੰਡ ਨੂੰ ਲਬੇੜ ਦਿੰਦੀ ਇਸ ਤਰ੍ਹਾਂ ਹੀ ਇੱਕ ਗਲਤ ਇਨਸਾਨ ਬਹੁਤ ਵੱਡਾ ਨੁਕਸਾਨ ਕਰ ਜਾਂਦਾ ਸਤਿਗੁਰੂ ਕਹਿੰਦੇ ਨੇ ਪ੍ਰਭ ਕੇ ਸੇਵਕ ਸਗਲ ਉਦਾਹਰਨ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਜਿਹੜੇ ਹੁੰਦੇ ਨੇ ਨਾ ਉਹਨਾਂ ਵਿੱਚ ਇੰਨੀ ਪੁ ਤਾਕਤ ਆ ਜਾਂਦੀ ਉਹ ਬਹੁਤ ਸਾਰੇ ਲੋਕਾਂ ਨੂੰ ਬਚਾ ਲੈਂਦੇ ਨੇ ਮਾਰੇ ਪਾਸੇ ਜਾਣ ਤੋਂ ਹੁਣ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਆਪਣਾ ਕਿੰਨੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਸੱਚੇ ਮਾਰਗ ਨਾਲ ਜੋੜਿਆ ਫੋਰ ਐਗਜ਼ਾਮਪਲ ਮੈਂ ਦੱਸਦਾ ਹੁਣ ਤੁਸੀਂ ਉਸ ਪਾਸੇ ਕਦੀ ਜਾਣ ਬਾਰੇ ਸੋਚਿਆ ਹੀ ਨਹੀਂ ਹੋਣਾ ਹੁਣ ਸਾਨੂੰ ਇਹ ਤਾਂ ਪਤਾ ਹੈ ਵੀ ਸੱਜਣ ਠੱਗ ਕੌਣ ਸੀ ਵੀ ਤੁਲੰਬੇ ਸ਼ਹਿਰ ਦਾ ਰਹਿਣ ਵਾਲਾ ਸੀ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਹੈ ਤੁਲੰਬਾ ਸ਼ਹਿਰ ਉੱਥੇ ਉਹਨੇ ਆਪਣੀ ਸਰਾਹ ਬਣਾਈ ਸੀ ਪਹਿਲਾਂ ਪਹਿਲਾਂ ਬੰਦਾ ਚੰਗਾ ਸੀ ਆਪਣੇ ਚਾਚੇ ਦੇ ਨਾਲ ਰਲ ਕੇ ਸੇਵਾ ਕਰਦਾ ਸੀ ਹੌਲੀ ਹੌਲੀ ਇਹਦੇ ਮਨ 'ਚ ਬੇਈਮਾਨੀ ਆ ਗਈ ਇਹ ਕਾਤਲ ਹੋ ਗਿਆ ਔਰ ਬਹੁਤ ਸਾਰੇ ਲੋਕਾਂ ਨੂੰ ਇਹਨੇ ਮਾਰਿਆ ਲੁੱਟਿਆ ਤੇ ਲੁੱਟ-ਲੁੱਟ ਕੇ ਆਪਣੇ ਘਰ ਭਰੇ ਤੇ ਬਾਹਰੋਂ-ਬਾਹਰੋਂ ਇਹ ਬਹੁਤ ਸਾਫ਼-ਸੁਧਰਾ ਸੀ ਪਰ ਅੰਦਰੋਂ ਇਹਦੇ ਵਿੱਚ ਬਹੁਤ ਮੈਲ ਸੀ ਫੇਰ ਗੁਰੂ ਨਾਨਕ ਸਾਹਿਬ ਉਹਦੇ ਕੋਲ ਗਏ ਉਹਨੂੰ ਸੁਧਾਰਿਆ ਹੁਣ ਐਗਜ਼ਾਮਪਲ ਮੈਂ ਦੇਣਾ ਜੇ ਗੁਰੂ ਨਾਨਕ ਸਾਹਿਬ ਜਾਂਦੇ ਹੀ ਨਾ ਤਾਂ ਜੇ ਜਾਂਦੇ ਹੀ ਨਾ ਤਾਂ ਉਹਨੇ ਕਿੰਨੇ ਹੋਰ ਲੋਕਾਂ ਨੂੰ ਮਾਰਨਾ ਸੀ ਕਿੰਨੇ ਹੋਰ ਲੋਕਾਂ ਦਾ ਕਤਲ ਕਰਨਾ ਸੀ ਕਿੰਨੇ ਹੋਰ ਉਹਨੇ ਹੱਸਦੇ ਵਸਦੇ ਘਰੋਂ ਜਾੜਨੇ ਸੀ ਕਿੰਨਿਆਂ ਦੇ ਪਤੀ ਮਾਰਨੇ ਸੀ ਕਿੰਨਿਆਂ ਮਾਵਾਂ ਦੇ ਪੁੱਤ ਮਾਰਨੇ ਸੀ ਕਿੰਨੇ ਬੱਚਿਆਂ ਦੇ ਪਿਓ ਮਾਰਨੇ ਸੀ ਕਿੰਨਾ ਵੱਡਾ ਉਹਨੇ ਹੋਰ ਗੁਨਾਹ ਸਮਾਜਦਾ ਕਰਨਾ ਸੀ ਤੇ ਜਦੋਂ ਸਤਿਗੁਰ ਨੇ ਉਹਨੂੰ ਸੱਚ ਸਮਝਾਇਆ ਉਸ ਬੰਦੇ ਨੇ ਕਿੰਨੀ ਤੌਬਾ ਕੀਤੀ ਹੋਵੇਗੀ ਕਿੰਨਾ ਪਛਤਾਇਆ ਹੋਵੇਗਾ ਉਹ ਵੀ ਸੱਚਿਆ ਪਾਤਸ਼ਾਹ ਬੜੇ ਟਾਈਮ ਤੇ ਆਏ ਹੋ ਪਤਾ ਨਹੀਂ ਮੈਂ ਕੀ ਕਰ ਜਾਣਾ ਸੀ ਜਿਹੜਾ ਬੰਦਾ ਅੰਨਾ ਹੋ ਜਾਂਦਾ ਨਾ ਪਤਾ ਨਹੀਂ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਉਹ ਕੀ ਕਰ ਰਿਹਾ ਹੁੰਦਾ ਕਈ ਵਾਰ ਗਲਤ ਕੰਮ ਤੇ ਗਲਤ ਗਲਤ ਕੰਮ ਤੇ ਗਲਤ ਗਲਤ ਕੰਮ ਤੇ ਗਲਤ ਹੋ ਹੀ ਜਾਂਦੇ ਫਿਰ ਗਲਤ ਕੰਮ ਤੇ ਗਲਤ ਹੋ ਹੀ ਜਾਂਦੇ ਫਿਰ ਫਿਰ ਉਹਨੇ ਤੌਬਾ ਕੀਤੀ ਮਾਲਕਾ ਪਤਾ ਨਹੀਂ ਮੈਂ ਤੂੰ ਹੋਕ ਹੀ ਜਾਣਾ ਸੀ ਆਉਣ ਵਾਲੇ ਸਮੇਂ ਚ ਪਤਾ ਨਹੀਂ ਮੈਂ ਕੀ ਕਰ ਦੇਣਾ ਸੀ ਪਰ ਤੂੰ ਮੈਨੂੰ ਸੱਚਾ ਰਸਤਾ ਦੱਸਿਆ ਸਹੀ ਮਾਰਗ ਉੱਤੇ ਤੋਰਿਆ ਭੂਮਿਏ ਚੋਰ ਕੋਲ ਗੁਰੂ ਨਾਨਕ ਸਾਹਿਬ ਨਾ ਜਾਂਦੇ ਤਾਂ ਸੋਚੋ ਸਮਾਜ ਦਾ ਕਿੰਨਾ ਨੁਕਸਾਨ ਕਰਨਾ ਸੀ ਉਹਨੇ ਹੋਰ ਜੇ ਗੁਰੂ ਨਾਨਕ ਸਾਹਿਬ ਮਾਰਾ ਸੱਚੇ ਪਾਤਸ਼ਾਹ ਜਿਹਨੂੰ ਆਪਾਂ ਕੌੜਾ ਰਾਖਸ਼ ਕਿੰਨੀ ਆਪਣਾ ਏ ਸੋਚਿਓ ਰਾਖਸ਼ ਕਹਿਣਾ ਹੀ ਗਲਤ ਹੈ ਰਾਖਸ਼ ਨਹੀਂ ਸੀ ਉਹ ਮੈਂ ਕਦੇ ਪਹਿਲਾਂ ਵੀ ਕਿਹਾ ਸੀ ਰਾਖਸ਼ ਦਾ ਮਤਲਬ ਰਖਿਆ ਕਰਨ ਵਾਲਾ ਹੁੰਦਾ ਪਰ ਜਿਹੜੀ ਰਾਖਸ਼ ਦੀ ਤਸਵੀਰ ਦਿਖਾਈ ਗਈ ਉਹ ਪਤਾ ਕੀ ਹੈ ਰਾਖਸ਼ ਜਿਹੜਾ ਬਹੁਤ ਗੁਨਾਹਗਾਰ ਬੰਦਾ ਹੋਵੇ ਕਾਤਲ ਹੋਵੇ ਧਾੜ ਵੀ ਹੋਵੇ ਜਦੀ ਸ਼ਕਲ ਬਦਸੂਰਤ ਹੋਵੇ ਉਹ ਸਮਾਜ ਵਿੱਚ ਉਹਨੂੰ ਰਾਖਸ਼ ਆਖਿਆ ਜਾਂਦਾ ਰਾਖਸ਼ ਇਹਦੇ ਰਾਵਣ ਨੂੰ ਵੀ ਆਖਿਆ ਗਿਆ ਸੀ ਇਹਨਾਂ ਨੇਕ ਇਨਸਾਨ ਸੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਸਹੀ ਸੇਧ ਦਿੱਤੀ ਸੀ ਜੇ ਨਾ ਜਾਂਦੇ ਤਾਂ ਪਤਾ ਨਹੀਂ ਹੋਰ ਕੀ ਕੁਛ ਉਹਨੇ ਦੁਨੀਆ 'ਚ ਕਰ ਜਾਣਾ ਸੀ ਸੋ ਮੈਂ ਤੁਹਾਨੂੰ ਉਧਰ ਲੈ ਕੇ ਜਾ ਰਿਆਂ ਜਦੋਂ ਕਿਸੇ ਦਾ ਜੀਵਨ ਸੁਧਰਦਾ ਤੇ ਪਤਾ ਨਹੀਂ ਹੋਰ ਉਹ ਕਿੰਨਿਆਂ ਦੇ ਸੁਧਾਰਦਾ ਪਰ ਉਹਨੂੰ ਸੁਧਾਰਨ ਦੇ ਲਈ ਗੁਰੂ ਦੀ ਲੋੜ ਹੁੰਦੀ ਹੈ ਕੌਣ ਸੁਧਾਰਦਾ ਸਤਗੁਰੂ ਫਿਰ ਉਹਨੂੰ ਸਤਗੁਰੂ ਸੁਧਾਰਦਾ ਹੈ ਸਹੀ ਮਾਰਗ ਉਤੇ ਤੋਰਦਾ ਹੈ ਤੇ ਜੀਵਨ ਦਾ ਸਹੀ ਰਸਤਾ ਉਹਨੂੰ ਦੱਸਦਾ ਹੈ ਕਿ ਸੱਚੇ ਮਾਰਗ ਉਤੇ ਤੁਰਨਾ ਬਹੁਤ ਔਖਾ ਹੁੰਦਾ ਹੈ ਪਰ ਪਿਆਰਿਆ ਜਦੋਂ ਆਪਾਂ ਤੁਰਦੇ ਆਂ ਆਪਾਂ ਇਸ ਕੁਦਰਤ ਨੂੰ ਸੋਹਣੀ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆਂ ਸੋ ਇਹ ਗੱਲਾਂ ਯਾਦ ਰੱਖਣ ਵਾਲੀਆਂ ਨੇ ਜੋ ਸਤਿਗੁਰੂ ਨੇ ਕਿਹਾ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਮਾਤਮਾ ਦੇ ਸੇਵਕ ਚ ਇਨੀ ਪਾਵਰ ਆ ਜਾਂਦੀ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਮਾੜੀਆਂ ਕੰਮਾਂ ਤੋਂ ਬਚਾ ਲੀਂਦਾ ਹੈ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਬਹੁਤ ਸਾਰੇ ਲੋਕਾਂ ਦੇ ਦੁੱਖ ਦੂਰ ਕਰ ਦਿੰਦਾ ਹੈ ਦੁੱਖ ਪਾਪ ਮਾੜੇ ਪਾਸੇ ਤੋਂ ਹਟਾ ਕੇ ਚੰਗੇ ਪਾਸੇ ਵੱਲ ਲਗਾ ਦਿੰਦਾ ਹੈ ਕਿਸੇ ਇਨਸਾਨ ਦੀ ਹੈਲਪ ਕਰ ਦਿੰਦਾ ਉਹਦੇ ਨਾਲ ਬਚਣਾ ਚ ਪਾਵਰ ਹੁੰਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਤੁਸੀਂ ਨੋਟ ਕਰਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ سارے ایسے ਲੋਕ ਹੋਣਗੇ ਜਿਹੜੇ ਤੁਹਾਡੇ ਮਾਨਸਿਕ ਲੈਵਲ ਨੂੰ ਸੁੱਟਣ ਦਾ ਕੰਮ ਕਰਦੇ ਤੁਸੀਂ ਦੁਖੀ ਹੋਵਗੇ ਨਾ ਉਹਨਾਂ ਨੇ ਤੁਹਾਨੂੰ ਹੋਰ ਦੁਖੀ ਕਰਨਾ ਜਿਸ ਤਰ੍ਹਾਂ ਕਿਸੇ ਦੇ ਘਰ ਦੇ ਵਿੱਚ ਮੌਤ ਹੋ ਜਾਏ ਜਵਾਨ ਪੁੱਤ ਮਰ ਜਾਏ ਉਥੇ ਆ ਕੇ ਨਾ ਉਹਨਾਂ ਨੇ ਤਰਵਾਸ ਨਹੀਂ ਜਣਾ ਹੁੰਦਾ ਉਥੇ ਆ ਕੇ ਉਹਨਾਂ ਨੇ ਹੋਰ ਉਹਨੂੰ ਰਵਾਉਣਾ ਆਪਾਂ ਕੀਰ ਪਿੰਨਾਂ 'ਚ ਦੇਖਦੇ ਨਾ ਚੰਗੇ ਭਲੇ ਸਾਰੇ ਬਿਠੇ ਹੁੰਦੇ ਪਹਿਲਾਂ ਤਾਂ ਉਹ ਜਦੋਂ ਬਸ ਤੋਂ ਉੱਤਰਦਿਆਂ ਨੇ ਬੀਬੀਆਂ ਜਿਉ ਗੁਰਬਾਣੀ ਚ ਆਖਿਆ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁਠੀ ਸੰਸਾਰ ਹੈ ਤਾਂ ਝੂਠਾ ਹੀ ਰੋਣਾ ਕਦੇ ਨੋਟ ਕਰਿਓ ਬਸ ਤੋਂ ਉਤਨਗੇ ਬੀਬੀਆਂ ਸਾਰੀਆਂ ਇਹ ਬਿਲਕੁਲ ਹਸੂ ਹਸੂ ਕਰਦੇ ਚਿਹਰੇ ਹੋਣਗੇ ਸਾਰੀ ਇੱਕ ਦੂਜੇ ਨਾਲ ਮਜ਼ਾਕ ਕਰੀ ਹੋਣਗੇ ਸਭ ਆਪਣੀ ਜਗਤੇ ਠੀਕ ਹੋਣੀ ਜਦੋਂ ਉਹਨਾਂ ਨੇ ਘਰ ਦੇ ਨੇੜੇ ਆਣਾ ਮੈਂ ਆਪਣੀ ਅੱਖੀ ਪਿੰਨਾ ਚ ਦੇਖਿਆ ਘਰ ਦੇ ਨੇੜੇ ਆਣਾ ਸਾਰੀਆਂ ਬੀਬੀਆਂ ਨੇ ਢੰਡ ਕੱਢ ਲੈਣੇ ਚਿੱਟੇ-ਚਿੱਟੀਆਂ ਚੁੰਨੀਆਂ ਲਈਆਂ ਹੋਣੀਆਂ ਪਰ ਉਥੋਂ ਹੀ ਸ਼ਰੂ ਹਾਏ ਮਰ ਕੇ ਹਾਏ ਲੁੱਟ ਕੇ ਐਦਾਂ ਉੱਚੀ ਉੱਚੀ ਉਥੇ ਨਾ ਘਰਾਂ ਦੇ ਵਿੱਚ ਚੰਗੇ ਭਲੇ ਸਾਰੇ ਬੈਠੇ ਹੁੰਦੇ ਨੇ ਆਉਂਦਿਆਂ ਸਾਰੀ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਜਿਸ ਘਰ ਵਿੱਚ ਪਹਿਲਾਂ ਹੀ ਇੱਕ ਜਵਾਨ ਬੰਦਾ ਮਰ ਗਿਆ ਉਹਨੂੰ ਤਰਵਾਸ ਦੇਣ ਦੀ ਬਜਾਏ ਆਪਾਂ ਹੋਰ ਐਨਾ ਕੋਈ ਰੋਣ ਸਿਆਪਾ ਪਾਉਂਨੇ ਆ ਕਿ ਅਗਲੇ ਬੰਦੇ ਦੀ ਜਾਨ ਵੀ ਕਈ ਵਾਰ ਆਪਾਂ ਲੈ ਲੈਨੇ ਤੁਹਾਨੂੰ ਰਵਾਉਣ ਵਾਲੇ ਬਹੁਤ ਉਣਗੇ ਲਾਈਫ 'ਚ ਮੈਂ ਐਗਜ਼ਾਮਪਲ ਦੱਤੀ ਤੁਹਾਨੂੰ ਯਾਦ ਰੱਖਿਓ ਤੁਹਾਡੀ ਲਾਈਫ 'ਚ ਬਹੁਤ ਸਾਰੇ ਲੋਕ ਆਉਣਗੇ ਜੋ ਤੁਹਾਡੇ ਮਾਨਸਿਕ ਲੈਵਲ ਨੂੰ ਹੇਠਾਂ ਸੁੱਟਣ ਦਾ ਕੰਮ ਕਰਨਗੇ ਪਹਿਲਾਂ ਦੁਖੀ ਹੋਵੋਗੇ ਤੁਹਾਨੂੰ ਹੋਰ ਦੁਖੀ ਕਰਨਗੇ ਤੁਹਾਨੂੰ ਹੋਰ ਮਾਰਨ ਦਾ ਯਤਨ ਕਰਨਗੇ ਪਰ ਬਹੁਤ ਘੱਟ ਲੋਕ ਤੁਹਾਡੀ ਲਾਈਫ ਚ ਆਉਣਗੇ ਜਿਹੜੇ ਤੁਹਾਨੂੰ ਉਤਾਂ ਚੁੱਕਣਗੇ ਉੱਚਾ ਲੈ ਕੇ ਜਾਣਗੇ ਨਹੀਂ ਤਾਂ ਮਾਰਨ ਵਾਲੇ ਬਹੁਤ ਹੁੰਦੇ ਨੇ ਬਚਾਉਣ ਵਾਲਾ ਕੋਈ ਇੱਕ ਅੱਧ ਹੁੰਦਾ ਪਰ ਉੱਥੇ ਸਾਨੂੰ ਗੁਰੂ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਬਹੁਤ ਦੁਖੀ ਹੁੰਨੇ ਨਾ ਕਦੇ ਵੇਖਿਓ ਆਪਾਂ ਦੁਖੀ ਹੋ ਕੇ ਉਤਾਂ ਨੂੰ ਹੱਥ ਕਿਉਂ ਜੋੜਦੇ ਹਾਂ ਰੱਬ ਨੂੰ ਕਿਉਂ ਯਾਦ ਕਰਦੇ ਹਾਂ ਉੱਥੇ ਸਾਨੂੰ ਗੁਰੂ ਦੀ ਲੋੜ ਹੁੰਦੀ ਹੈ ਗੁਰੂ ਸਾਡੇ ਲੈਵਲ ਨੂੰ ਉੱਚਾ ਚੁੱਕਦਾ ਸਾਨੂੰ ਉੱਚਾ ਲੈ ਕੇ ਜਾਂਦਾ ਕਦੇ ਸੋਚ ਕੇ ਦੇਖਿਓ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਦੇ ਨੇ ਪਿੰਜਰੇ ਚ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨਾ ਉੱਠ ਸਕਦੇ ਨਾ ਬਹਿ ਸਕਦੇ ਨਾ ਖੜੇ ਹੋ ਸਕਦੇ ਚੰਗੀ ਤਰ੍ਹਾਂ ਇਹਨੇ ਦੁੱਖਾਂ ਵਿੱਚੋਂ ਕੱਢਿਆ ਗੁਰੂ ਸਾਹਿਬ ਦਾ ਮਾਨਸਿਕ ਲੈਵਲ ਖਤਮ ਕਰਨ ਦੇ ਲਈ ਉਹਨਾਂ ਦੀ ਅੱਖਾਂ ਸਾਹਮਣੇ ਭਾਈ ਮਤੀ ਦਾਸ ਨੂੰ ਖੜਾ ਕੀਤਾ ਜਾਂਦਾ ਜਿੰਨੂੰ ਭਾਈ ਜਿਸ ਭਾਈ ਮਤੀ ਦਾਸ ਦੇ ਸ਼ਰੀਰ ਦੇ ਸਾਰੇ ਕੱਪੜੇ ਉਤਾਰ ਦਿੱਤੇ ਜਾਂਦੇ ਨੇ ਸਿਰਫ ਤੇੜ ਉਹਨਾਂ ਨੇ ਇੱਕ ਸ਼ਹਿਰਾ ਪਾਇਆ ਹੁੰਦਾ ਤੇ ਪਿਆਰਿਓ ਉਹਨਾਂ ਦੀਆਂ ਲੱਤਾਂ ਐ ਚੌੜੀਆਂ ਕਰਕੇ ਦੋ ਥੰਮੀਆਂ ਨਾਲ ਬੰਨ ਦਿੱਤੀਆਂ ਜਾਂਦੀਆਂ ਹੱਥ ਬੰਨ੍ਹ ਦਿੱਤੇ ਜਾਂਦੇ ਉਹਨਾਂ ਨੂੰ ਜੂੜ ਦਿੱਤਾ ਜਾਂਦਾ ਜਲਾਦ ਖੜੇ ਹੋ ਜਾਂਦੇ ਸਿਰ ਦੇ ਉੱਤੇ ਆਰਾ ਰੱਖ ਲੈਂਦੇ ਕਿੰਨਾ ਮਾੜਾ ਟਾਈਮ ਸੀ ਉਹ ਕਿੰਨਾ ਵੱਡਾ ਦੁੱਖ ਹੋਵੇਗਾ ਉਹ ਇੱਕ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਲਈ ਕਿ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਇੱਕ ਸਿੱਖ ਨੂੰ ਇੱਕ ਨੇਕ ਇਨਸਾਨ ਨੂੰ ਆਰੇ ਨਾਲ چیرਣ ਦਾ ਕੰਮ ਖੋਣ ਲੱਗਾ ਆਰੇ ਨਾਲ چیرਣ ਦਾ ਕੰਮ ਕਿਸੇ ਬੰਦੇ ਨੂੰ ਅੱਖਾਂ ਅੱਖਾਂ ਸਮਣੀ ਸੋਚ ਕੇ ਦੇਖਿਓ ਦੋ ਫਾੜ ਕਰ ਦੇਣਾ ਕੋਈ ਮਾਰੀ ਮੁੱਟੀ ਗੱਲ ਹੈ ਮਜਾਕ ਹੈ ਕੋਈ ਇਹ ਕੋਈ ਗੇਮ ਹੈ ਪਰ ਉਹ ਸੱਚ ਸੀ ਦਿੱਲੀ ਦੇ ਚੌਂਦਨੀ ਚੌਂਕ 'ਚ ਇਹ ਖੇਡ ਵਰਤੀ ਸੀ ਯਾਦ ਰੱਖਿਓ ਔਰ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦਾ ਮਾਨਸਿਕ ਲੈਵਲ ਵੀ ਹੋਣੇ ਹੀ ਹੁਣ ਗੁਰਤੇਗ ਬਹਾਦਰ ਸਾਹਿਬ ਕਹਿੰਗੇ ਛੱਡ ਦੋ ਛੱਡ ਦੋ ਛੱਡ ਦੋ ਰਹਿਣ ਦੋ ਰਹਿਣ ਦੋ ਮੈਂ ਤੁਹਾਡੀ ਗੱਲ ਮੰਨ ਲੇਨਾ ਮੈਨੂੰ ਮੈਂ ਮੁਸਲਮਾਨ ਬਣ ਜਾਣਾ ਵੀ ਹੁਣ ਵੀ ਬੋਲੇ ਹੁਣ ਵੀ ਬੋਲੇ ਹੁਣ ਵੀ ਬੋਲੇ ਪਰ ਨਹੀਂ ਸਤ ਗੁਰੂ ਨੇ ਕਿਹਾ ਇਸਲਾਮ ਮਾੜਾ ਨਹੀਂ ਹੈ ਧਰਮ ਮਾੜਾ ਨਹੀਂ ਪਰ ਤੁਸੀਂ ਗੰਦੇ ਹੋ ਤੁਸੀਂ ਮਾੜੇ ਹੋ ਤੁਸੀਂ ਕਿਸੇ ਇਨਸਾਨ ਨੂੰ ਧੱਕੇ ਦੇ ਨਾਲ ਜਿਹੜਾ ਉਹਦਾ ਧਰਮ ਨਹੀਂ ਚੇਂਜ ਕਰਾ ਸਕਦੇ ਧੱਕਾ ਨਹੀਂ ਕਰ ਸਕਦੇ ਤੁਸੀਂ ਕਿਸੇ ਉੱਤੇ ਵੀ ਮੈਂ ਤੁਹਾਡੀ ਗੁਲਾਮੀ ਨਹੀਂ ਚੱਲਣੀ ਤੇ ਨਾ ਭਾਈ ਮਤੀ ਦਾਸ ਕਿੰਨਾ ਵੱਡਾ ਦੁੱਖ ਹੋਵੇਗਾ ਸੋਚੋ ਥਿੰਕ ਕਰੋ ਕਿੰਨਾ ਵੱਡਾ ਦੁੱਖ ਹੋਵੇਗਾ ਕਿ ਉਹਨਾਂ ਦੀ ਸਿੱਧੀ ਦਸਤਾਰ ਲਾਈ ਸਿਰ ਦੇ ਉੱਤੇ ਜਿਹੜੇ ਕੇਸ ਹਨ ਉਹ ਵੀ ਖਿਲਾਰ ਦਿੱਤੇ ਗਏ ਸਿਰ ਦੇ ਉੱਤੇ ਰੱਖਿਆ ਗਿਆ ਆਰਾ ਤੇ ਉਹ ਕਿੰਨਾ ਸਬਰ ਕਰਕੇ ਖੜੇ ਹੋਣਗੇ ਅੱਖਾਂ ਬੰਦ ਕਰਕੇ ਵੀ ਠੀਕ ਐ ਵੀ ਕੱਲ ਵੀ ਮਰਨਾ ਮਾਰ ਦੋ ਸੌਕੀ ਗੱਲ ਥੋੜੀ ਸੀ ਜਦੋਂ ਆਰੇ ਨੇ ਸਿਰ ਚੀਰਨਾ ਸੀ ਬੰਦੇ ਦਾ ਮੈਤੋ ਨਹੀਂ ਬੋਲਿਆ ਜਾਂਦਾ ਬੜਾ ਔਖਾ ਕੰਮ ਐ ਇਸ ਟਾਈਮ ਮੈਂ ਮੇਰੀ ਨਾ ਸੁਰਤੀ ਉੱਤੇ ਪਹੁੰਚ ਗਈ ਐ ਵੀ ਸੌਕੀ ਗੱਲ ਨਹੀਂ ਵੀ ਆਰੇ ਨਾਲ ਕਿਸੇ ਇਨਸਾਨ ਦਾ ਜਿਹੜਾ ਉਹ ਸੀਸ ਚੀਰਨਾ ਉਹਨੂੰ ਦੋ ਫਾੜ ਕਰ ਦੇਣਾ ਬਿਲਕੁਲ ਕਥਨ ਕੀਤਾ ਜਾ ਸਕਦਾ ਬੋਲਣਾ ਵੀ ਬਹੁਤ ਔਖਾ ਪਰ ਕਿੰਨਾ ਮਾਨਸਿਕ ਲੈਵਲ ਉੱਚਾ ਸੀ ਸਤਿਗੁਰੂ ਦਾ ਉਹਨਾਂ ਦੇ ਸੇਵਕਾਂ ਦਾ ਵੀ ਨਾ ਗੁਰੂ ਡੋਲਿਆ ਨਾ ਸਿੱਖ ਡੋਲਿਆ ਵੀ ਦੁਨੀਆ ਵੇਖਦੀ ਰਹੀ ਤੇ ਭਾਈ ਮਤੀ ਦਾ ਜਿਹੜਾ ਸੀਸ ਸੀ ਉਹ ਤੋਂ ਲੈ ਕੇ ਤਾਂ ਹੇਠਾਂ ਤੱਕ ਉਹਨਾਂ ਨੂੰ ਦੋ ਫਾੜ ਕਰ ਦਿੱਤਾ ਗਿਆ ਤੇ ਉਹਨਾਂ ਦੇ ਸਰੀਰ ਦੇ ਦੋ ਹਿੱਸੇ ਆਸੇ-ਪਾਸੇ ਲੰਮਕ ਗਏ ਦੁਨੀਆ ਰੋਈ ਹੋਵੇਗੀ ਕੁਰਲਾਈ ਹੋਵੇਗੀ ਸੱਜਣੇ ਮੈਨੂੰ ਕੰਮਣੀ ਛੜਗੀ ਤੇ ਬੈਠੇ ਬੈਠੇ ਨੂੰ ਤੁਹਾਨੂੰ ਸੁਣਾ ਰਿਹਾ। ਤੁਹਾਡੀ ਲਾਈਫ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜ਼ਿੰਦਗੀ ਦੇ ਵਿੱਚ। ਫਿਰ ਭਾਈ ਦਿਆਲਾ ਜੀ ਨੂੰ ਬੰਨ ਕੇ ਉਹਨਾਂ ਨੇ ਉਬਲਦੀ ਦੇਗ 'ਚ ਰੱਖਿਆ। ਦੇਗ ਉੱਪਰੋਂ ਬੰਦ ਕਰ ਦਿੱਤੀ, ਘੁੱਟ ਦਿੱਤੀ ਕਿਤੇ ਜਦੋਂ ਪਾਣੀ ਉਬਲ ਨਾ। ਇਹਨਾਂ ਨੂੰ ਇਹਨਾਂ ਦੇ ਸ਼ਰੀਰ ਨੂੰ ਉਬਾਲਣਾ ਪਾਣੀ ਨੇ ਕਿਤੇ 扑ੜਕ ਕੇ ਬਾਹਰ ਨਾ ਨਿਕਲੋ। ਕਿੰਨਾ ਵੱਡਾ ਜਿਗਰਾ ਸੀ ਸਤਿਗੁਰੂ ਦਾ ਮਹਾਰਾਜ ਕਹਿੰਦੇ ਡੁਲਾ ਨਹੀਂ ਸਕਦੇ ਤੁਸੀਂ ਮੈਨੂੰ ਤੇ ਔਰ ਸਿੱਖ ਵੀ ਕਮਾਲ ਹੈ ਮੈਂ ਨਾ ਹੈਰਾਨੀ ਹੈ ਸਿੱਖਾਂ ਤੇ ਫੇ ਪੂਰਾ ਸ਼ਰੀਰ ਉਬਾਲ ਦਿੱਤਾ ਸੀ ਦੇਗ ਦੇ ਵਿੱਚ ਫਿਰ ਭਾਈ ਸਤੀਦਾਸ ਉਹਨਾਂ ਨੂੰ ਖੜੇ ਕੀਤਾ ਗਿਆ ਜਿਉਂਦਿਆਂ ਜੀ ਰੂਹ ਲੈ ਕੇ ਨਾ ਲਪੇਟ ਕੇ ਰੂਹ ਚੰਗੀ ਤਰ੍ਹਾਂ ਤੇ ਚੰਗੀ ਤਰ੍ਹਾਂ ਬੰਨ ਕੇ ਰੂਹ ਦੇ ਵਿੱਚ ਉਹਨਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤੇ ਜਿਉਂਦਿਆਂ ਜੀ ਉਹਨਾਂ ਨੂੰ ਅੱਗ ਲਗਾਉਂਦਾ ਕੰਮ ਹੋਇਆ ਅੱਗ ਲਗਾ ਦਿੱਤੀ ਜਿਉਂਦਿਆਂ ਜੀ ਮਾੜੀ ਮੁੱਟੀ ਗੱਲ ਥੀ 1675 ਵਿੱਚ ਇਹ ਸਭ ਕੁਝ ਹੋਇਆ ਨਵੰਬਰ ਦੇ ਮਹੀਨੇ ਔਰ ਇੰਨਾ ਜਿਆਦਾ ਦੁੱਖ ਇੰਨਾ ਜਿਆਦਾ ਵੀ ਬੰਦਾ ਇੱਕ ਵਾਰੀ ਸੋਚਨ ਤੇ ਮਜਬੂਰ ਹੋ ਜਾਂਦਾ ਕਹਿਨ ਤੇ ਮਜਬੂਰ ਹੋ ਜਾਂਦਾ ਧੰਨ ਸੀ ਸਿੱਖੀ ਸਤਗੁਰੂ ਪਾਣੀ ਆ ਜਾਂਦਾ ਅੱਖਾਂ ਚੋਂ ਰੂਹ ਕੰਬ ਜਾਂਦੀ ਮੈਂ ਉੱਥੇ ਆਉਣ ਲੱਗਾ ਤੁਹਾਨੂੰ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਆਉਣਗੇ ਤੁਹਾਨੂੰ ਸੁੱਟਣਗੇ ਥੱਲੇ ਨੂੰ ਪਰ ਬਹੁਤ ਘਟ ਹੋਣਗੇ ਜਿਹੜੇ ਤੁਹਾਨੂੰ ਉਤਾਂ ਲੈ ਕੇ ਜਾਣਗੇ ਉਥੇ ਗੁਰੂ ਦੀ ਲੋੜ ਹੁੰਦੀ ਹੈ ਨਾ ਤਾਂ ਜੇ ਸਤਗੁਰੂ ਸਾਨੂੰ ਇੰਨੇ ਵੱਡੇ ਦੁੱਖਾਂ ਚੋਂ ਕੱਢ ਸਕਦਾ ਤੇ ਆਹ ਜ਼ਿੰਦਗੀ ਤੇ ਛੋਟੇ-ਛੋਟੇ ਸੋਖਾ ਜਿਨ੍ਹਾਂ ਦੇ ਲਈ ਅਸੀਂ ਰਾਤ ਰੋਣੇ ਕਲਪਦੇ ਰਹਿੰਨੇ ਸੋ ਗੁਰੂ ਦਾ ਧੰਨਵਾਦ ਕਰੋ ਇਹ ਸਿੱਖੀ ਇਹ ਸੌਖੀ ਨਹੀਂ ਮਿਲੀ ਹੈ ਇਹ ਬਹੁਤ ਔਖੀ ਹੈ ਸਮਝੋ ਸੋਚੋ ਵਿਚਾਰੋ ਵੀ ਆਪਾਂ ਕੌਣ ਆ ਤੇ ਸਾਡਾ ਮਕਸਦ ਕੀ ਹੈ ਆਪਾਂ ਗੁਰੂ ਨਾਲ ਜੁੜਨਾ ਤੇ ਗੁਰੂ ਨਾਲ ਜੋੜਨਾ ਟਾਈਮ ਬਹੁਤ ਹੋ ਰਿਹਾ ਉਹ ਆਪਾਂ ਅਗਲੀ ਵਿਚਾਰ ਕਰਦੇ ਆਂ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਜਿੱਥੇ ਉਹ ਦੁੱਖਾਂ ਨੂੰ ਵਿਸਾਰਨ ਦਾ ਕੰਮ ਕਰਦੇ ਨੇ ਇੰਨੇ ਸਮਰੱਥ ਹੁੰਦੇ ਨੇ ਆਪੇ ਮੇਲ ਲੈ ਕਿਰਪਾਲ ਐਸੇ ਪਿਆਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਆਪਣੇ ਨਾਲ ਹੀ ਮਿਲਾ ਕੇ ਰੱਖਦਾ ਹੈ ਗੁਰਕਾ ਸ਼ਬਦ ਜਪ ਭੇ ਨਿਹਾਲ ਉਹ ਨਾ ਗੁਰੂ ਦੇ ਸ਼ਬਦ ਦੇ ਦੁਆਰਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਬੂ ਪੈਦਾ ਕਰਦੇ ਰਹਿੰਦੇ ਨੇ ਖੇੜੇ ਰਹਿੰਦੇ ਨੇ ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਫਿਰ ਉਹ ਨਿਹਾਲ ਹੋਏ ਰਹਿੰਦੇ ਨੇ ਖੁਸ਼ ਰਹਿੰਦੇ ਨੇ ਖੇੜੇ ਰਹਿੰਦੇ ਫੁੱਲਾਂ ਵਾਂਗੂੰ ਉਹਨਾਂ ਕੀ ਸੇਵਾ ਸੋਈ ਲੱਗ ਗਈ ਪਰ ਐਸੇ ਰੱਬ ਦੇ ਪਿਆਰਿਆਂ ਦੇ ਚਰਨ ਪੂਜਨੇ ਉਹਨਾਂ ਦੀ ਸੇਵਾ ਵਿੱਚ ਲੱਗਣਾ ਉਹਨਾਂ ਦੇ ਨੇੜੇ ਹੋਣਾ ਇਹ ਵੀ ਕੋਈ ਸੌਕੀ ਗੱਲ ਨਹੀਂ ਹੈ ਕਿਤੇ ਚੰਗੇ ਭਾਗ ਹੋਣ ਤਾਂ ਬੰਦਾ ਇਹੋ ਜਿਹੇ ਇਨਸਾਨਾਂ ਦੇ ਨੇੜੇ ਲੱਗਦਾ ਜਿਸ ਨੂੰ ਕਿਰਪਾ ਕਰੇ ਵਿਭਾਗ ਹੈ ਜਿਹਦੇ ਉੱਤੇ ਪ੍ਰਮਾਤਮਾ ਆਪ ਕਿਰਪਾ ਕਰਕੇ ਉਹਦੇ ਭਾਗ ਜਗਾ ਦੇਵੇ ਤੇ ਐਸੇ ਪਿਆਰਿਆਂ ਦੀ ਸੰਗਤ ਮਿਲਦੀ ਹੈ ਨਾਮ ਜਪਤ ਪਾਵੇਂ ਬਿਸ਼ਰਾਮ ਫਿਰ ਉਹ ਜਿਹੜੇ ਸੇਵਕ ਹੁੰਦੇ ਨੇ ਨਾਮ ਜਪ ਕੇ ਕਿਸੇ ਵਕਰੀ ਅਡੋਲ ਅਵਸਥਾ ਵਿੱਚ ਟਿਕ ਜਾਂਦੇ ਨੇ ਉਹਨਾਂ ਦੀ ਅਵਸਥਾ ਬੜੀ ਉੱਚੀ ਹੁੰਦੀ ਹੈ ਅਡੋਲ ਅਵਸਥਾ ਵਿੱਚ ਟਿਕ ਜਾਂਦੇ ਜਿੱਥੇ ਦੁਨੀਆ ਕੋਈ ਉਹਨਾਂ ਨੂੰ ਡੁਲਾ ਨਹੀਂ ਸਕੀ ਨਾਨਕ ਤਿੰਨ ਪੁਰਖ ਕਉ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਨਾਂ ਮਨੁੱਖਾਂ ਨੂੰ ਊਤਮ ਕਰਮਾਨ ਬੜੇ ਉੱਚੇ ਸਮਝੋ ਜਿਨ੍ਹਾਂ ਉੱਤੇ ਮਾਲਕ ਦੀ ਐਨੀ ਕਿਰਪਾ ਹੁੰਦੀ ਬੜੇ ਉੱਚੇ ਹੁੰਦੇ ਨੇ ਉਹ ਪਰ ਉਹ ਐਨੇ ਕੁੱੱਚੇ ਹੋ ਜਾਂਦੇ ਆ ਕਿ ਉਹਨਾਂ ਤੱਕ ਪਹੁੰਚਣਾ ਵੀ ਪੜੌਖੋਂ ਪਰ ਕਮ ਸੇ ਕਮ ਉਹਨਾਂ ਵੱਲ ਵੇਖ ਕਿ ਚਲ ਰੀਸ ਹੀ ਕਰ ਲੋ ਉਹਨਾਂ ਦੀ ਰੀਸ ਕਰਕੇ ਤੁਰਿਏ ਤੇ ਸਹੀ ਸੱਚੇ ਮਾਰਗ ਉਤੇ ਚੰਗੇ ਪਾਸੇ ਤਾਂ ਕਿ ਜਿਹੜਾ ਸਾਡਾ ਜੀਵਨ ਹੈ ਉਹ پاک ਪਵਿੱਤਰ ਬਣੇ ਚੰਗੇ ਪਾਸੇ ਆਪਾਂ ਲੱਗੇ ਇਤਨੀਆਂ ਬੇਨਤੀਆਂ ਸਵਾਰ ਕਰਿਓ ਭੁੱਲ ਚੁੱਕ ਦੀ ਖਿਮਾ ਜੀ 14ਵੀਂ ਅਸ਼ਟਪਦੀ ਦੀ 7ਵੀਂ ਪੌੜੀ ਦੀ ਵਿਚਾਰ ਆਵਾਜ਼ ਨੂੰ ਸਰਵਣ ਕੀਤੀ ਹੈ ਇਸ ਅਸ਼ਟਪਦੀ ਦੀ ਇੱਕ ਵੀਡੀਓ ਹੋਰ ਬਣੇਗੀ 8ਵਾਂ ਜਿਹੜਾ ਪਾਠ ਹੈ 8ਵੀਂ ਪੌੜੀ ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਵਿਚਾਰ ਕਰਾਂਗੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ